ਪੰਜਾਬੀ ਸਪੋਰਟਸ ਦੇ ਅੱਜ ਦੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਤੁਹਾਨੂੰ ਸਾਰਿਆਂ ਨੂੰ ਇੰਡੀਆ ਦੇ ਇੰਡੀਪੈਂਡੈਂਸ ਡੇ ਦੀਆਂ ਬਹੁਤ ਮੁਬਾਰਕਾਂ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਖੇਡਾਂ ਦੀ ਦੁਨੀਆ ਤੋਂ ਨਵੀਂ ਜਾਣਕਾਰੀ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਕਰ ਟੂਰਨਾਮੈਂਟ ਦੀ। ਇਹ ਸਾਕਰ ਟੂਰਨਾਮੈਂਟ ਐਬਟਸਫੋਰਡ ਬੀਸੀ ਵਿੱਚ ਕਰਵਾਇਆ ਗਿਆ। ਹੋਰ ਜਾਣਕਾਰੀ ਲੈ ਕੇ ਆਏ ਹਨ ਗੋਲਡੀ ਟਿਲੋਂ। ਮੈਂ ਤਾਂ ਐਕਚੁਲੀ ਆਪ ਵੀ ਖੇਡਦਾ ਸੀਗਾ ਪਹਿਲਾਂ ਤਾਂ, ਪਰ ਹੁਣ ਮੇਰੇ ਬੱਚੇ ਖੇਡਦੇ ਆ ਅਤੇ ਅਸੀਂ ਪਿਛਲੇ ਤਕਰੀਬਨ 11 ਸਾਲਾਂ ਤੋਂ ਲਗਾਤਾਰ ਟੂਰਨਾਮੈਂਟ ਕਰਾਉਂਦੇ ਹਾਂ ਇੱਥੇ ਐਬਟਸਫੋਰਡ ਦੇ ਵਿੱਚ। 99 ਵਿੱਚ ਅਸੀਂ ਆਪਣਾ ਕਲੱਬ ਸ਼ੁਰੂ ਕਰਿਆ ਸੀਗਾ। ਸੌਕਰ ਦਾ ਇਹ ਟੂਰਨਾਮੈਂਟ ਐਬਟਸਫੋਰਡ ਵਿੱਚ ਰੌਣਕਾਂ ਲੈ ਕੇ ਆਇਆ। ਰੋਟਰੀ ਸਟੇਡੀਅਮ ਵਿੱਚ ਸੌਕਰ ਦੇ ਸਾਰੇ ਮੈਦਾਨਾਂ ਵਿੱਚ ਵੱਖ ਵੱਖ ਮੁਕਾਬਲੇ ਚੱਲ ਰਹੇ ਸਨ। ਇਹ ਟੂਰਨਾਮੈਂਟ ਪਿਛਲੇ 11 ਸਾਲ ਤੋਂ ਕਰਵਾਇਆ ਜਾ ਰਿਹਾ ਹੈ। ਸ਼ੁਰੂ ਦੇ ਵਿੱਚ ਤਾਂ ਜੀ ਤਕਰੀਬਨ ਮਤਲਬ ਸਾਡੇ ਕੋਲ ਅਸੀਂ 4 ਟੀਮਾਂ ਹੈਗੀਆਂ ਸੀਗੀਆਂ ਅਤੇ ਹੁਣ ਸਾਡੇ ਕੋਲ ਤਕਰੀਬਨ 42 ਟੀਮਸ ਆ। 6 ਸਾਲ ਤੋਂ ਲੈ ਕੇ 18 ਸਾਲ ਤੱਕ ਆ ਅਤੇ ਓਪਨ ਦੀਆਂ ਸਾਡੇ ਕੋਲ 2 ਟੀਮਾਂ ਆ ਅਤੇ ਓਵਰ 40 ਦੀ 1 ਟੀਮ ਆ। ਇਸ ਟੂਰਨਾਮੈਂਟ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਤੋਂ ਇਲਾਵਾ 40 ਸਾਲ ਤੋਂ ਉੱਪਰ ਉਮਰ ਦੇ ਵਰਗਾਂ ਦੇ ਮੁਕਾਬਲੇ ਵੀ ਕਰਵਾਏ ਗਏ। ਜੇ ਆਪਾਂ ਦੇਖਿਆ ਜਾਵੇ ਟੀਮ ਮਤਲਬ ਜਿਹੜੀ ਦੂਸਰੀ ਟੀਮ ਵੀ ਸੀਗੀ ਸੀਰਾ ਨੰਬਰ 1, ਉਹਨਾਂ ਦੇ ਵੀ ਕਾਫੀ ਮਤਲਬ ਵਧੀਆ ਪਲੇਅਰ ਹੈਗੇ ਆ। ਸੋ ਜਿੱਦਾਂ ਕਹਿੰਦਾ ਹੁੰਦਾ ਵੀ ਬਹੁਤ ਐਂਡ ਟੂ ਐਂਡ ਪੂਰਾ ਫਸਵਾਂ ਮੈਚ ਸੀਗਾ। 3-2 ਦੇ ਡਿਫਰੈਂਸ ਨਾਲ ਐਬਟਸਫੋਰਡ ਵਾਲਿਆਂ ਨੇ ਗੇਮ ਜਿੱਤੀ ਆ। ਇਹ ਕੋਈ ਬਹੁਤ ਮਤਲਬ ਐਂ ਨਹੀਂ ਆਪਾਂ ਕਹਿ ਸਕਦੇ ਵੀ ਬਹੁਤ ਦੂਜੀ ਟੀਮ ਮਾੜੀ ਸੀ ਤਾਂ ਇਸ ਕਰਕੇ ਜਿੱਤੇ ਆ। ਮੈਨ ਪੂਰਾ ਮਤਲਬ ਫਸਵਾਂ ਮੈਚ ਰਿਹਾ ਇਹਨਾਂ ਦੋਨਾਂ ਟੀਮਾਂ ਦਾ। ਟੂਰਨਾਮੈਂਟ ਖੇਡਣਾ ਸੀ, ਗੇਮ ਖੇਡਣਾ ਸੀ। ਅਸੀਂ ਕਲੱਬ ਦਾ ਟੂਰਨਾਮੈਂਟ ਆ ਐਬਟਸਫੋਰਡ ਯੂਨਾਈਟਿਡ ਦਾ, ਅਤੇ ਅਸੀਂ ਇੱਕ ਸਮਰ ਵਿੱਚ ਹੁੰਦਾ, ਅਗਸਤ ਵਿੱਚ ਅਸੀਂ ਖੇਡਦੇ ਹੁੰਦੇ ਹਾਂ। ਫੈਸਟਰੀ ਵੀ ਹੁੰਦੀ ਹੈ ਟੂਰਨਾਮੈਂਟ। ਅਸੀਂ ਬਾਲ ਅਸੀਂ ਪੋਜੈਸ਼ਨ ਕੀਪ ਕੀਤੀ ਸੀ ਅਤੇ ਅਸੀਂ ਜ਼ਿਆਦਾ ਪੈਸੇ ਕੀਤੇ ਸੀ ਅਤੇ ਆਪਣੇ ਫੋਰਡ ਵੀ ਅਸੀਂ ਤੇਜ਼ ਸੀ ਆਪਣੀ ਟੀਮ। ਫਿਰ ਐਕਸਰਸਾਈਜ਼ ਹੋ ਜਾਂਦੀ ਹੈ ਅਤੇ ਫਿਰ ਡਰੱਗਾਂ ਤੋਂ ਬਾਹਰ ਰਹਿੰਦੇ ਹਾਂ। ਆਪਣਾ ਲੱਗਦਾ ਅਸੀਂ ਜਿੱਤ ਜਾਣਾ, ਟੀਮ ਤਕੜੀ ਆਪਣੀ। ਬਹੁਤ ਗੁੱਡ ਰਿਹਾ, ਅਸੀਂ 3-2 ਜਿੱਤ ਗਏ ਅਤੇ ਐਂਡ ਤੱਕ ਬੈਟਲ ਸੀਗੀ। CRS1 ਅਤੇ ਐਬਟਸਫੋਰਡ ਸੌਕਰ ਕਲੱਬ ਯੂਨਾਈਟਿਡ। ਸਾਡੀ ਪਾਸਿੰਗ ਬਹੁਤ ਚੰਗੀ ਸੀਗੀ ਅਤੇ ਅਸੀਂ ਬਹੁਤ ਕਮਿਊਨੀਕੇਸ਼ਨ ਕਰਦੇ ਸੀਗੇ ਅਤੇ ਸਾਡੀ ਫਿਨਿਸ਼ਿੰਗ ਠੀਕ ਹੀ ਸੀਗੀ, ਚਾਂਸਿਸ ਬਹੁਤ ਮਿਸ ਕਰ ਰਿਹਾ ਸੀ। ਖਿਡਾਰੀਆਂ ਦੇ ਮਾਪੇ ਅਤੇ ਰਿਸ਼ਤੇਦਾਰ ਵੀ ਇਹਨਾਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਹੋਏ ਸਨ। ਇਹ ਤਾਂ ਜੀ ਮਤਲਬ ਕਮਿਊਨਿਟੀ ਦਾ ਇਵੈਂਟ ਆ, ਸਾਰੇ ਜਾਣੇ ਮਤਲਬ ਅਸੀਂ ਇਹ ਕਹਿ ਸਕਦੇ ਵੀ ਜਿੰਨੇ ਵੀ ਸਾਡੇ ਕਲੱਬ ਦੇ ਬੱਚੇ ਆ ਤਕਰੀਬਨ 528 ਕੈਡੇ ਆ ਸਾਡੇ ਕੋਲ, ਸਾਰੇ ਪੇਰੈਂਟਸ ਜਿਹੜੇ ਆ ਉਹਨਾਂ ਦਾ ਸਾਰਿਆਂ ਦਾ ਮਤਲਬ ਆਪਾਂ ਇਹਨੂੰ ਕਿਸੇ ਇਕੱਲੇ ਦਾ ਇਵੈਂਟ ਨਹੀਂ ਕਹਿ ਸਕਦੇ, ਕਿਉਂਕਿ ਆਪਾਂ ਨੂੰ ਮਤਲਬ ਸਪੋਰਟਸ ਜਿਹੜੀ ਹੈ ਇੱਕ ਇੱਦਾਂ ਦੀ ਚੀਜ਼ ਆ ਜਿਹਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਐਕਟਿਵ ਵੀ ਰੱਖ ਸਕਦੇ ਹਾਂ, ਬਿਜ਼ੀ ਰੱਖ ਸਕਦੇ ਹਾਂ, ਕਿਉਂਕਿ ਉਹ ਹੋਰ ਗਲਤ ਕੰਮਾਂ ਨੂੰ ਕਿਸੇ ਪਾਸੇ ਨਹੀਂ ਜਾਂਦੇ। ਉਸ ਕਰਕੇ ਇਹ ਜਿਹੜੇ ਇਵੈਂਟ ਆ ਹੋਣੇ ਬਹੁਤ ਜ਼ਰੂਰੀ ਨੇ। ਸਾਡੇ ਇੱਥੇ ਐਬਟਸਫੋਰਡ ਜੀ ਅਸੀਂ ਮਤਲਬ 99 ਵਿੱਚ ਪਹਿਲਾ ਕਲੱਬ ਸ਼ੁਰੂ ਕੀਤਾ ਸੀਗਾ, ਉਸ ਤੋਂ ਬਾਅਦ ਹੁਣ ਇਸ ਟਾਈਮ ਸਾਡੇ ਕਲੱਬ 2 ਹੋਰ ਕਲੱਬ ਆ, ਉਹ ਵੀ ਵਧੀਆ ਮਤਲਬ ਆਪਣਾ ਕੰਮ ਚਲਾਈ ਜਾ ਰਹੇ ਆ। ਅਤੇ ਐਸੇ ਹੀ ਸਾਲ ਮਤਲਬ ਸਾਡੇ ਕਲੱਬ ਨੂੰ ਇੱਕ ਹੋਰ ਓਪਰਚੁਨਿਟੀ ਮਿਲੀ ਹੈ ਜਿਹੜੀ ਇੱਥੇ ਐਬਟਸਫੋਰਡ ਸੌਕਰ ਐਸੋਸੀਏਸ਼ਨ ਆ, ਜਿਨ੍ਹਾਂ ਦੇ ਕੋਲ ਤਕਰੀਬਨ 3,000 ਦੇ ਕਰੀਬ ਮੇਰੇ ਖਿਆਲ ਆ ਬੱਚਾ ਹੋਊਗਾ ਜੇ ਮੈਂ ਰੋਂਗ ਨਾ ਹੋਵਾਂ, ਅਤੇ ਉਹਨਾਂ ਨੇ ਸਾਡੇ ਕਲੱਬ ਨੂੰ ਐਜ਼ ਅ ਪਾਰਟਨਰ ਜੁਆਇਨ ਕਰਨਾ। ਇਸ ਤਰ੍ਹਾਂ ਦੇ ਟੂਰਨਾਮੈਂਟ ਲੋਕਲ ਲੈਵਲ 'ਤੇ ਸ਼ੁਰੂ ਹੋਣ ਨਾਲ ਸੌਕਰ ਦੇ ਜੂਨੀਅਰ ਖਿਡਾਰੀਆਂ ਵਿੱਚ ਉਤਸ਼ਾਹ ਵੱਧਦਾ ਹੈ ਅਤੇ ਉਹ ਆਪਣੀ ਖੇਡ ਦਾ ਹੁਨਰ ਦਿਖਾਉਣ ਲਈ ਪੂਰਾ ਤਾਣ ਲਾ ਕੇ ਖੇਡਦੇ ਹਨ। ਆਪਾਂ ਇਹੀ ਕਹਿ ਸਕਦੇ ਹਾਂ ਵੀ ਕਿਉਂਕਿ ਜਿੰਨੇ ਵੀ ਆਪਣੇ ਪੇਰੈਂਟਸ ਹੈਗੇ ਆ ਵੀ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲਾਉਣ, ਜਾਂ ਮਤਲਬ ਜਿੱਦਾਂ ਹੁਣ ਸਾਡੇ ਐਬਟਸਫੋਰਡ ਦੇ ਵੀ ਪੇਰੈਂਟਸ ਹੈਗੇ ਆ, ਕੋਈ ਇਹ ਮਤਲਬ ਸਾਡਾ ਜਿੱਦਾਂ ਅਸੀਂ ਕਹੀ ਵੀ ਅਸੀਂ ਕਮੇਟੀ ਦੇ ਵਿੱਚ ਹਾਂ ਜਾਂ ਮਤਲਬ ਅਸੀਂ ਅਫੀਸ਼ਲ ਹੈ, ਕੋਈ ਸਾਡਾ ਇਕੱਲਿਆਂ ਦਾ ਕਲੱਬ ਨਹੀਂ ਗਾ, ਇਹ ਸਾਰਾ ਕਲੱਬ ਮਤਲਬ ਜਿੰਨੀ ਐਬਟਸਫੋਰਡ ਦੀ ਕਮਿਊਨਿਟੀ ਆ ਜਾਂ ਜਿੰਨੇ ਵੀ ਸਾਡੇ ਕਲੱਬ ਦੇ ਮੈਂਬਰ ਆ, ਈਵਨ ਕਿਸੇ ਦਾ ਬੱਚਾ 6 ਸਾਲ ਦਾ, ਕਿਸੇ ਦਾ 18 ਸਾਲ ਦਾ, ਸਾਰੇ ਪੇਰੈਂਟਸ ਜਿਹੜੇ ਆ ਉਹਨਾਂ ਸਾਰਿਆਂ ਦੀ ਇਹ ਕਲੱਬ ਹੈਗੀ ਆ। ਇਸ ਇੱਕ ਮਤਲਬ ਕਮਿਊਨਿਟੀ ਦਾ ਇਹ ਇਵੈਂਟ ਆ, ਕਹਿੰਦੇ ਐਂ ਨਹੀਂ ਕਹਿ ਸਕਦੇ ਵੀ ਹਾਂ ਵੀ ਉਹ ਕਮੇਟੀ ਵਾਲੇ ਆ ਜਾਂ ਕੋਈ ਇਹਦਾ ਪ੍ਰਧਾਨ ਆ ਜਾਂ ਕੋਈ ਸੈਕਟਰੀ ਆ, ਸਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਮਤਲਬ ਹੈ ਨਹੀਂ, ਅਸੀਂ ਸਾਰੇ ਵਲੰਟੀਅਰ ਕੰਮ ਕਰਦੇ ਹਾਂ। ਗੋਲਡੀ ਢਿੱਲੋਂ, ਪੰਜਾਬੀ ਸਪੋਰਟਸ ਐਬਟਸਫੋਰਡ।